अस्सलामुअलैकुम दोस्तों ब्रावो, क्या हाल है? ठीक है, तबीयत से ठीक है। मैं मोहम्मद अरसलान, यूट्यूब चैनल अरसलान मुखलिस बिस्मिल्लाह पढ़ के अज का विलाग करने शुरू। तो अज तो को अपने देहात का कुछ कम लिखे ने की करे नुकसान क्या, ठीक है क्या मसला बन गए रेड़ा जबरदस्त है ना, क्या थे गए क्या स्लेब क्यों मरे निकले थे कल निकले आने निकले आने यार मामे को बांटे मामे को आ मामा बाहर गए हूँ इमाम मेरा ना है उमर यार ठीक है ना निकल आसी निकल आसी तजर्बा तो वाली चीज होती है। हाँ रुक सी रुक सी निकल आई है भी आ गया माशाल्लाह गड्डी का बंपर बड़ा सोना है ना। अच्छा ये फटी पाती हुई उल्टी वाला ये डाढ़ा काम किया बता पाकिस्तान में यही हो काम होने भी है क्या होने फटी की वजह ही होती चलो जाओ नहीं रेड़े को जुगाड़ होने जुगाड़ दे हत्या लोगों ने कम दे उल्ट फत्ती बाद ने बोला मजीद उल्टी थी कि अजीब कम ठीक है उन फटी काट के बोला सीधी करके बहन दे बहन फटी हूँ सीधी करके पव गई है सीधी हूँ रेड़ा निकल वैसे राम स्कूल ना फटी जान के पुट्टी पे देन उबला ज़्यादा उल्ट थी गई है कम खराब थी गया जट्टा दे जड़ा ना काम इयो ने ठीक है ना ये आहल खिनावण दा तरीका है मकसद है पहले इंदे ते रेड़े ते लोर करके वत जड़ा ना रकबे को इथान के खिंडा दे ना रकबे दे विच ठीक है ना रकबे को बहु फायदा होंदा खादा नु ये ठीक होंदा क्योंकि खादा जमीन दी जरखेजी खत्म करे ताकत को ते ये आहल खत्म नहीं करेंदा फसल कोई ताकत रहंदा है मामा मेरा गड्डी तो लाए के गड्डी में वेंदी पे ठीक है ना स्लो है ता बिल्कुल सीधी वेंदी पे बिल्कुल बगैर ड्राइवर दे गड्डी आंदी पे हैं दे दे पाओ अच्छा बाग भी होने नाल फल चाहिए खड़े ने दे दे पाओ छोटे छोटे फुल चाहिए खड़े ने ते ए हुन जड़ा ना अगू वाला माल्टे बनवे सन तैयार थिया सन माल्टे
ਇਹਦੇ ਉੱਤੇ ਵੈਸੇ ਫਲ ਕਿਤਨੇ ਦੇਦੇ ਪਾਓ ਬਹੁ ਫਲ ਹੈ ਬੂਟੇ ਦੇ ਉੱਤੇ ਮੁਸੰਮੀ ਮਾਲਟੇ ਹੈ ਮੁਸੰਮੀ ਬਾਗ ਹੈ ਮਾਸ਼ਾਅੱਲਾ ਜ਼ਬਰਦਸਤ ਇੱਕ ਸਾਈਡ ਦਾ ਜਿਹੜਾ ਨਾ ਹਾਲ ਇੱਕ ਸਾਈਡ ਤੋਂ ਸਟੇਜ ਹੈ ਬੂਟਿਆਂ ਦੀ ਇੱਕ ਸਾਈਡ ਤੋਂ ਬਾਗ ਦੇ ਠੀਕ ਹੈ ਨਾ ਰੇੜਾ ਖਾਲੀ ਠੀਕ ਹੈ ਹੁਣ ਕੰਮ ਔਖੇ ਦਿਹਾਤ ਦੇ ਵੱਧ ਕੰਮ ਤਾਂ ਹੋਣ ਇਹ ਹੁਣ ਬਾਅਦ ਵੀ ਆ ਰੇੜਾ ਬਾਹਰ ਸਨ ਵੱਤ ਇੱਥਾਂ ਦੂਜੀ ਜਾਤ ਹੈ ਜਿਹੜੀ ਇਹ ਖਾਲੀ ਪੀ ਹੈ ਨਾ ਇੱਥਾਂ ਸਟੇਸ਼ਨ ਇਵੇਂ ਇੱਥਾਂ ਇਵੇਂ ਸੱਟ ਗਿਣ ਸਨ ਤੋੜ ਵੱਤ ਵਾਲਾ ਅਗਲੇ ਲੈਨ ਦੇ ਦਰਮਿਆਨ ਇਹ ਦੂਜਾ ਰੇੜਾ ਭਰ ਕੇ ਆ ਗਏ ਠੀਕ ਹੈ ਨਾ ਅੱਗੇ ਰਹੇ ਇਹ ਦੂ ਗੋਦੇ ਇੱਕ ਮੇਰਾ ਭਰਾ ਤਾਂ ਸੰਗਤੀ ਲੈਂਦੇ ਰਹਿ ਗਏ ਅਤੇ ਹੁਣ ਉਹ ਬਹਿ ਮੇਰੇ ਦੂ ਭਰਾ ਲੈਂਦੇ ਇੰਝ ਬੰਦਾ ਸੌਖਾ ਰਹਿ ਜਾਂਦਾ ਜਿਹੜਾ ਨਾ ਸਹੀ ਵੀ ਕੱਢ ਗਿੰਦਾ ਬੰਦਾ ਅਤੇ ਉਹ ਵੈਸੇ ਰੇੜਾ ਹੈ ਨਾ ਇਹ ਵੀ ਛੋਟਾ ਉੱਥੇ ਦੂ ਬੰਦੇ ਆਸਾਨੀ ਨਾਲ ਖੜ ਕੇ ਆਹ ਲਾ ਗਿੰਦੇ ਅਤੇ ਹੁਣ ਉਹ ਦੂ ਭਰਾ ਲੈਂਦੇ ਆਨੇ ਨਾਲ ਇਹ ਹੁਣ ਇਹਨਾਂ ਕੋਲ ਨਾ ਸ਼ੌਕ ਮੈਂ ਗੱਡੀ ਕੋਲ ਦੇਣਾ ਕਹਿੰਦੇ ਨੇ ਗੱਡੀ ਨਾਲ ਤੁਹਾਡਾ ਜੋੜ ਹੈ ਗੱਡੀ ਨਾਲ ਤੁਹਾਡਾ ਜੋੜ ਹੈ ਵੈਸੇ ਨਹੀਂ ਰੁਕਦੀ ਜ਼ੋਰ ਲਓ ਇਹ ਡੂ ਭਰਾ ਮੇਰੇ ਹੁਣ ਲੈਂਦੇ ਉਹਦੇ ਨਾਲ ਉੱਥੇ ਯਾਰ ਇਹ ਟਾਈਮ ਨਾ ਆਹ ਜਿਤਨਾ ਖਿੰਡਾਵਣਾ ਹੈ ਨਾ ਉਹ ਖਿੰਡੇਜ ਗਾ ਠੀਕ ਹੈ ਨਾ ਇਹਦੇ ਦੇ ਪਾ ਉਹ ਉੱਥੋਂ ਲਾ ਕੇ ਇਵੇਂ ਰੇੜਾਂ 'ਤੇ ਭਰ ਭਰ ਕੇ ਗੱਡੀ ਰੇੜੇ 'ਤੇ ਇਹ ਤੋੜਦਾ ਖਿੰਡਾ ਆ ਗਈ ਦੇ ਬਸ ਇਹ ਆਖਰੀ ਜਿਹੜਾ ਨਾ ਰੇੜਾ ਆਈ ਅਤੇ ਇਵੇਂ ਥੋੜ੍ਹੀ ਜਿਹੀ ਜਾ ਰਹਿ ਗਈ ਹੈ ਬਿਲਕੁਲ ਗੱਡੀ ਉੱਥਾਂ ਖਿੰਡਾਂਦੇ ਪੈਣ 'ਤੇ ਕੰਮ ਫਾਈਨਲ ਠੀਕ ਹੈ ਅੱਜ ਦਾ ਜਿਹੜਾ ਕੰਮ ਇਹਨਾਂ ਦਾ ਮੁਕੰਮਲ ਠੀਕ ਹੈ ਅਤੇ ਹੁਣ ਇੱਥਾਂ ਜਿਹੜੀ ਵੀ ਫਸਲ ਦੀ ਮੌਸਮ ਉਸੀ ਉਹ ਛੱਟੇ ਸਨ ਅਤੇ ਉਹ ਫਸਲ ਬੜੀ ਜ਼ਬਰਦਸਤ ਸੀ ਮਕਸਦ ਉਹ ਖਾਦ ਦੀ ਜਾ ਅਤੇ ਆਹਲ ਬੜਾ ਫਾਇਦਾ ਦੇ ਸੀ ਬੱਚਦਾ ਕੁਝ ਦੇ ਉੱਥੇ ਹੀ ਬਸ ਖਿੰਡਾਂਦੇ ਪੈਣ ਬਸ ਖਤਮ ਅੱਛਾ ਯਾਰ ਅੱਜ ਦੀ ਵੀਡੀਓ ਦਾ ਥੈਂਕ ਰਹੇ ਨੇ ਐਂਡ ਉਮੀਦ ਹੈ ਤੁਹਾਨੂੰ ਸਾਰੀ ਵੀਡੀਓ ਚੰਗੀ ਲੱਗੀ ਹੋਸੀ ਅਗਰ ਸਾਡੀ ਕੋਈ ਗੱਲ ਵੀ ਯਾਰ ਚੰਗੀ ਲੱਗੀ ਹੋਵੇ ਤਾਂ ਸਾਡੀ ਸਪੋਰਟ ਕਰਾਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਾਏ ਖੁਸ਼ ਰਹੋ ਵਸਦੇ ਰਹੋ ਬਾਦ ਰਹੋ ਮਿਲਸੂ ਬਾਅਦ ਨਵੀਂ ਵੀਡੀਓ ਨਾਲ ਤਬ ਤੱਕ ਕੇ ਲਈ ਅੱਲਾ ਹਾਫਿਜ਼